सिख नौजवान हैं। संदीप सिंह सन्नी की अज अमृतसर की अदालत में पेशी हुई है, तो पेशी दौरान कई अहम मुद्दे जड़े वो सामने आए हैं, तो अदालत वालों उन्हों का फिर दोबारा तो 3 दिन रिमांड जड़ा दिता गया, चलो साडे जिथे साडा कारोबार अपने लागे काम करदा उथे ते चलो मैं आण के सगो एक पुछिया गल इन्नी गल कही है कहिंदा इन्ने लोग बोलणगे ते मैं बोलदा की हो गया जिन्नी पाती सेवा उहदी कीती है। ਉਹ ਤੋਂ ਬਾਅਦ ਫਿਰ ਪੁਲਿਸ ਦੀ ਆ ਰਹੀ ਆ ਅਤੇ ਉਹਨੀ ਦਿਨ ਵੀ ਮੇਰੇ ਖਿਆਲ ਆਇਆ ਸ਼ਹਿਰ ਛੱਡ ਕੇ ਭੱਜ ਗਿਆ। ਦੋਵਾਂ ਭਰਾਵਾਂ ਨੂੰ ਮਿਲ ਕੇ ਆਇਆ, ਮਹਾਂ ਵੀ ਕਿਸ ਤਰ੍ਹਾਂ ਕਹਿੰਦੇ ਭਾਈ ਸਾਹਿਬ ਪਰਵਾਹ ਹੀ ਕੋਈ ਨਹੀਂ, ਮੌਤ ਇੱਕੋ ਦਿਨ ਆਉਣੀ ਆ, ਦੂਜੇ ਦਿਨ ਮੌਤ ਨਹੀਂ। ਬੋਲੇ ਸੋਤ ਹਾਰ ਸ੍ਰੀ ਅਕਾਲ। ਮੌਤ ਦੋਵਾਂ ਭਰਾਵਾਂ ਦਾ ਇੱਕੋ ਦਿਨ ਆਉਣੀ, ਦੂਜੇ ਦਿਨ ਨਹੀਂ ਆਉਣੀ। ਜਿਹੜੀ ਮਾਂ ਦਾ ਸੰਦੀਪ ਸਿੰਘ ਨੇ ਦੁੱਧ ਪੀਤਾ ਤੇ ਅਸੀਂ ਵੀ ਦੋਵਾਂ ਉਹਨਾਂ ਦਾ ਹੀ ਪੀਤਾ। ਜਿਹੜਾ ਚੜ੍ਹ ਕੇ ਆਊਗਾ ਉਹ ਸੁੱਕਾ ਨਹੀਂ ਜਾਊਗਾ, ਜੇ ਚੜ੍ਹ ਕੇ ਆਊਗਾ ਤੇ ਕਿਸੇ ਦੇ ਅਸੀਂ ਚੜ੍ਹ ਕੇ ਜਾਣਾ ਨਹੀਂ। ਇਸ ਕਰਕੇ ਆ ਜਿਹੜੀ ਗੱਲ ਆ ਲਓ ਦਿਲਬਾਗ ਸਿੰਘ ਸਾਡੇ ਬਸਾਈ ਭਾਈਚਾਰੇ ਦੇ ਵਿੱਚ ਜੋ ਲੋਕ ਰੋੜਾ ਬਣੇ ਸੀ, ਜੇ ਲੋਕ ਅੱਗ ਲਾਉਣਾ ਚਾਹੁੰਦੇ ਸੀ ਉਸ ਨੂੰ ਦੂਰ ਕਰਨ ਵਾਸਤੇ ਇਹਨਾਂ ਨੇ ਮਤਲਬ ਸੁਨੀਲ ਸਿੰਘ ਤੋਂ ਜੋ ਗੁਰੂ ਰਾਮਦਾਸ ਨੇ ਸੇਵਾ ਲਈ ਆ ਉਹਦਾ ਅਸੀਂ ਬਹੁਤ ਹੀ ਸਤਿਕਾਰ ਕਰਦੇ ਹਾਂ। ਇਸ ਤੋਂ ਇਲਾਵਾ ਜਦੋਂ ਵੀ ਜਿਹੜੇ ਬਾਕੀ ਕੁਝ ਸ਼ਰਾਰਤੀ ਹਿੰਦੂ ਸੰਗਠਨ ਦੇ ਨਾਲ ਸੰਬੰਧਿਤ ਬਾਕੀ ਸਾਰੇ ਹਿੰਦੂ ਜਿਹੜੇ ਆ ਉਹ ਇਸ ਚੀਜ਼ ਤੋਂ ਉਹ ਤੋਂ ਦੁਖੀ ਸਨ, ਕਿਸੇ ਨੇ ਵੀ ਉਸਦੇ ਹੱਕ ਦੇ ਵਿੱਚ ਗੱਲ ਨਹੀਂ ਕੀਤੀ, ਪਰ ਕੁਝ ਸ਼ਰਾਰਤੀ ਲੋਕ ਜੋ ਹਿੰਦੂ ਸਿੱਖ ਦਾ ਪਾੜਾ ਪਾਉਣਾ ਚਾਹੁੰਦੇ ਹਨ ਉਹ ਆਪਣੀਆਂ ਸ਼ਰਾਰਤਾਂ ਤੋਂ ਅਜੇ ਵੀ ਬਾਜ ਨਹੀਂ ਆਏ, ਉਹਨਾਂ ਨੂੰ ਬਾਜ ਆ ਜਾਣਾ ਚਾਹੀਦਾ। ਦੂਸਰਾ ਜਿਹੜੇ ਲੋਕ ਇਹ ਕਹਿੰਦੇ ਨੇ ਸਿੱਖਾਂ ਦੇ ਘਰਾਂ ਦੇ ਵਿੱਚੋਂ ਧੀਆਂ ਭੈਣਾਂ ਨੂੰ ਕੱਢ ਕੇ ਉਹਨਾਂ ਨੂੰ ਬੇਪਤੀ ਕੀਤੀ ਜਾਊਗੀ, ਉਹਨਾਂ ਦਾ ਇਹ ਹੋ ਸਕਦਾ ਵਹਿਮ ਹੋਵੇ ਜੇ ਆਉਣ ਜੀਆਂ ਨੂੰ ਆਉਣ ਆਪਣੇ ਪੈਰਾਂ 'ਤੇ ਵੀ ਜਾਣਗੇ। ਇਸੇ ਤਰ੍ਹਾਂ ਹੀ ਉਹਨਾਂ ਅੱਜ ਉਹਨਾਂ ਦੀ ਸੰਦੀਪ ਸਿੰਘ ਦੀ ਤਰੀਕ ਹੈ, ਜਹਿਦਾ ਜਗਤਾਰ ਸਿੰਘ ਵਾਰਾ ਨੇ ਉਹਨਾਂ ਨੂੰ ਚੇਤੇ ਤੌਰ 'ਤੇ ਭੇਜਿਆ ਹੈ ਕਿ ਉਸ ਪਰਿਵਾਰ ਦੇ ਨਾਲ ਹਰ ਦਮ ਖੜੇ ਰਹਿਣਾ, ਉਸ ਪਰਿਵਾਰ ਵੱਲ ਕੋਈ ਵੀ ਜਿਹੜਾ ਅੱਖ ਉਂਗਲ ਪਹੁੰਚੂਗੀ ਉਹ ਜਿਹੜੀ ਆ ਉਹ ਵਾਪਸ ਨਹੀਂ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਜਿੱਦਾਂ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ ਸੀ ਉਦਣ ਕਿੰਨੇ ਸਨਾਤਨੀ ਧਰਮ ਵਾਲਿਆਂ ਨੇ ਲੱਡੂ ਵੰਡੇ, ਮੈਂ ਸਰਕਾਰਾਂ ਨੂੰ ਪਹਿਲਾਂ ਸੈਂਟਰ ਗੌਰਮੈਂਟ ਨੂੰ ਪੁੱਛਦਾ ਵਾਂ ਕਿਸ ਨੇ ਪਰਚਾ ਕੀਤਾ, ਇਹ ਸਨਾਤਨੀ ਧਰਮ ਵਾਲੇ 'ਤੇ ਪਰਚਾ ਦਰਜ ਕੀਤਾ। ਜੇ ਉਹਦੀ ਆਪਣੀ ਜ਼ਬਾਨ ਨਹੀਂ ਸੀ ਹੈਗੀ ਬੰਦੇ ਦੀ, ਉਹਦੀ ਸੂਰੀ ਦੀ ਆਪਣੀ ਜ਼ਬਾਨ ਨਹੀਂ, ਉਹਦੀ ਜ਼ਬਾਨ ਨੇ ਉਹਨੂੰ ਮਰਵਾਇਆ ਵਾ, ਬੰਦਾ ਥੋੜ੍ਹਾ ਮਾੜਾ ਹੁੰਦਾ, ਉਹਦੀ ਜਿਹੜੀ ਜ਼ਬਾਨ ਆ ਉਹ ਮਾੜੀ ਹੁੰਦੀ ਆ, ਉਹਦੇ ਕਰਮ ਜਿਹੜੇ ਹੈਗੇ ਉਹ ਮਾੜੇ ਹੁੰਦੇ ਆ। ਜੇ ਉਹ ਬੰਦਾ ਮਰਿਆ ਵਾ ਤਾਂ ਜੋ ਬੰਦੇ ਦੁਖੀ ਹੋ ਗਏ ਲੱਡੂ ਵੰਡੇ ਆ ਉਹ ਕਹਿੰਦਾ ਕਿੰਨਾ ਕੁ ਦੁਖੀ ਸੀ ਜਿਹਨੇ ਲੱਡੂ ਵੰਡੇ ਆ। ਤਾਂ ਮੇਰਾ ਸਵਾਲ ਇਹ ਹੈਗਾ ਵਾ ਕਿ ਸਨਾਤਨੀ ਧਰਮ ਵਾਲਿਆਂ ਦੇ ਕਿੰਨਿਆਂ ਦੇ ਤੁਸੀਂ ਹਰਿਮੰਦਰ ਸਾਹਿਬ ਦੇ ਉੱਤੇ ਜਿੱਦਣ ਹਮਲਾ ਹੁੰਦਾ ਵਾ ਕਿੰਨਿਆਂ ਦੇ ਪਰਚਾ ਕੀਤਾ? ਮੈਂ ਇੱਕ ਬੇਨਤੀ ਕਰਦਾ ਵਾਂ ਉਸ ਵੀਰ 'ਤੇ ਪਰਚਾ ਜਿਹੜਾ ਉਹ ਰੱਦ ਕੀਤਾ ਜਾਵੇ। ਇੱਦਾਂ ਲੱਡੂ ਵੰਡਣ 'ਤੇ ਵੀ ਪਰਚਾ ਹੋਣ ਲੱਗ ਪਿਆ ਆਪਣੇ, ਪਹਿਲੀ ਗੱਲ ਤਾਂ ਸਾਡਾ ਭਾਰਤ ਦੇਸ਼ 'ਤੇ ਹੈ ਹੀ ਨਹੀਂ ਆ, ਅਸੀਂ ਪੰਜਾਬ ਦੇ ਵਾਸੀ, ਅਸੀਂ ਮਹਾਰਾਜ ਜੀ ਸਿੰਘ ਦੇ ਰਾਜ 'ਚ ਰਹਿੰਦੇ ਹੈਗੇ ਹਾਂ, ਲੇਕਿਨ ਇਹ ਲੋਕ ਲੱਡੂ ਵੰਡਣ 'ਤੇ ਪਰਚਾ ਦਰਜ ਹੋਣ ਲੱਗਾ ਵਾ ਇਹ ਤਾਂ ਬਹੁਤ ਮਾੜੀ ਗੱਲ ਹੈ। ਕੋਰਟ ਦੇ ਵਿੱਚ ਸੱਜਣ ਇੱਥੇ ਆਏ ਨੇ ਉਹਦੀ ਇਕਜੁੱਟਤਾ ਪ੍ਰਗਟਾਉਣ ਲਈ, ਸਾਰਿਆਂ ਨੇ ਸਾਡੇ ਬੁਲਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਆਲਕਾ ਸਾਹਿਬ ਸਾਡੇ ਨਾਲ ਆ, ਸਿਆਲਕਾ ਸਾਹਿਬ ਅੰਦਰ ਸੀ ਤੁਸੀਂ, ਕੀ ਗੱਲਬਾਤ ਹੋਈ ਹੈ? ਕਿਉਂਕਿ ਜਦੋਂ ਉਤਰਿਆ ਸੀ ਉਸ ਟਾਈਮ 'ਤੇ ਉਹਨੇ ਫਤਿਹ ਸਾਂਝੀ ਕੀਤੀ, ਬੇਸ਼ੱਕ ਪ੍ਰਸ਼ਾਸਨ ਅੰਦਰ ਲੈ ਕੇ ਚਲੇ ਗਏ ਸਾਹਿਬ ਬਾਰੇ ਕਰਦੇ ਹੋਏ, ਅੰਦਰ ਕਿਹੋ ਜਿਹਾ ਮਾਹੌਲ ਸੀ ਅਤੇ ਕਿਹੜੇ ਕਿਹੜੇ ਵਕੀਲਾਂ ਦਾ ਪੈਨਲ ਤੁਹਾਡੇ ਨਾਲ ਇਸ ਟਾਈਮ ਸਮਾਂ ਕਰ ਰਿਹਾ? ਜੰਮੂ ਅੱਜ ਨਾਲ ਪੇਸ਼ ਹੋਏ ਨੇ ਸਤਨਾਮ ਸਿੰਘ, ਸਾਡੇ ਸੀਨੀਅਰ ਐਡਵੋਕੇਟ ਨੇ ਪੇਸ਼ ਹੋਏ ਨੇ। ਆਪਸ ਵਿੱਚ ਵੀ ਧੜਿਆਂ ਦੀ ਲੜਾਈ ਸੀ, ਗੋਲੀ ਕਿੱਧਰੋਂ ਆਈ ਕਿਵੇਂ ਆਈ ਉਹ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ।
पुलिस को सोजे नाल भी जोड़ी जी बाद विदेश च बैठे किसी गैंगस्टर वालों जिम्मेदारी अजे तक कोई बारों कोई गैंगस्टर की कोई कहानी इस इनवैसटीगेशन अजे तक जो इनवैसटीगेशन का एंगल आ भारतीय संविधान हर बंदे नूं अपने धर्म का प्रचार करने का हक देता तो जो अमृत छकाउंदा वा लोकां नूं नशियां चों कढ़दा वा इन्हां दा की ढिड पीड़दा मतलब चाहते हैं भी इतने जोड़े विदेशी धर्म फैल जाए तो जोड़ा अपना हिंदू धर्म सिख धर्म जैन जोड़ा बुद्ध जैन अगर खत्म हो भी सारे खत्म हो जाए ठीक है ना तो जो वो बंदा लोगों को जागरूक करता तो नशे छोड़ो तो मैनू वो कोई नहीं लगता बंदा देखो पहला क्लीन शेव सीगा केसा की गदगी करता है जे वो इस किसान अंदोलन तो बाद सिखी धारा जी जुड़िया वा तो वी शुड एप्रीशिएट हिम कि वह बंदा अच्छे लोगों को जागरूक करता।